लेट करना ज्यादा काम है करतार एजेंसी ओपन है जी अज अपन इनविटेशन आया ते सिलसिले च अज चलिया जी ते कल ना महाराज का प्रकाश रखाया हुआ जी उत्थे कई ट्रैक्टर भी आए हुए होंगे कंपनी वाले आए हुए होंगे 10 बजे दा वैसे 11 दा टाइम तो आपां नूं स्पेशल तो भी कहा था कहिंदे वी तुसीं 10 बजे पहुंचना ही पहुंचना ते ओ कंप्रेसर करता कुछ भी इकट्ठा ट्रैक्टर भी ट्राली है जी ओ फाइनल होने वाली है थोड़ा ही कम रह गया उहदे ते हुण बस ना स्टिकर स्टूकर लगणे जिहड़े माड़े मोटे रह गए स्टिकर लगण तों बाद इक आपां अलग तों ब्लॉग है जिहड़ा पूरा आपां ने ट्राली ते बनाउणा है पूरा आपां जैक चक के तुहानूं दिखाऊंगे सारा किन्ना खर्चा है टोटली चादर तों लैके आपां लल्ला भब्बा वेल्डिंग सैट रंग रुंग सारा ही लपेट लेना बिच आपां ने ठीक है जी ते चलदे आपां हुण फतेहगढ़ साहिब नूं सरहंद दाणा मंडी ते बाकी असीं ब्लॉग 2 बनावांगे जी इहदे ते ब्लॉग नंबर 2 दे विच आपां ने जिहड़ा ओह ट्रैक्टर सारे कवर करांगे उहदे विच ट्रैक्टरां बारे नॉलेज देवांगे आपां तुहानूं ਜਿਹੜੀ ਵੀਡੀਓ ਜੇ ਆਪਾਂ ਇੱਕ ਬਣਾਉਂਗੇ ਕਾਫੀ ਲੈਂਥੀ ਜੀ ਹੋ ਜਾਣੀ 40-50 ਮਿੰਟ ਦੀ ਹੋ ਜਾਣੀ ਤਾਂ ਉਹਦੇ ਕਰਕੇ ਆਪਾਂ ਵੀਡੀਓ 2 ਬਣਾਵਾਂਗੇ ਜੀ ਤਾਂ ਉਹਦੇ 'ਚ ਆਪਾਂ ਸਾਰੇ ਟਰੈਕਟਰ ਕਵਰ ਕਰਾਂਗੇ ਜਿਹੜੇ ਉੱਥੇ ਉਹਨਾਂ ਨੇ ਡਿਸਪਲੇ ਕਰੇ ਹੋਏ ਵੀ ਹੋਣਗੇ ਬਾਕੀ ਦੇਖਦੇ ਹਾਂ ਚੱਲਦੇ ਮੌਕੇ ਤੇ ਕੀ ਕੁਝ ਉੱਥੇ ਪ੍ਰੋਸੈਸ ਸਾਹਿਬ ਇਹਨਾਂ ਹੁਣ ਆਪਾਂ ਨੂੰ ਪੁੱਲ ਦਾ ਕਿੰਨਾ ਫਾਇਦਾ ਹੋ ਗਿਆ ਹਨਾ ਬਾਈ ਮਿੱਤਰੋ ਪੁੱਲ ਦੀ ਬੜੀ ਆਰਾਮਦਾਰੀ ਹੋ ਗਈ ਘਾਟਾ ਜਾਣ ਲੱਗੇ ਬਸ ਬਸ ਅੱਛਾ ਨਾਲੇ ਪੱਕੀ ਹਾਜ਼ਰੀ ਉਹਦੇ ਭਰਨੀ ਪੈਂਦੀ ਸੀ ਹਾਂ ਸਾਬ ਆ ਗਿਆ ਤਾਂ ਸਾਨੂੰ ਵੀ ਹੁਣ ਵੀ ਬਾਟ ਖੁੱਲਣੇ ਕਿਵੇਂ ਕਿਵੇਂ ਨਹੀਂ ਜੀ ਬਈ ਪਹੁੰਚ ਗਏ ਸਰਹੰਦ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਹੈ ਤੇ ਚੱਲ ਰਹੀਆਂ ਤਿਆਰੀਆਂ ਹਲੇ ਅੱਜੋ ਆਪਾਂ ਨਾਲੇ ਤੁਹਾਨੂੰ ਮਿਲਾਉਣੇ ਆ ਕੰਪਨੀ ਵਾਲੇ ਵੀ ਆਏ ਵੀ ਹੋਣਗੇ ਅੱਜ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਹੈ ਜਿਹੜੀ ਪੂਰੀ ਦਵਾਂਗੇ ਆਪਾਂ ਟਰੈਕਟਰਾਂ ਬਾਰੇ ਹੈਨਾ ਜੀ ਜਿਵੇਂ ਕਿਵੇਂ ਸਾਰਾ ਅੱਛਾ ठीक है लो हाई मीडियम है अच्छा बाकी कलर दो लो जी भाई अज थानू आप सारे मॉडल दिखाने इन्हों के 5936 ये है जी 5136 इधर भी सारे सेंटर गेयर ने यह सेंटर गेयर है मैनू भेत हले मैनू भी नहीं है चंगा प्रोपर हाँ बाकी आप सारा एक अलग तो पूरी वीडियो बना के अपना थोनू आप कले कले ट्रैक्टर का रिव्यू करा आ भी 5136 है जी ये सब 14 के टायर च ट्रैक्टर ने बड़ी सोहनिया देखो कमैना वाग आ भी चलो वधिया कलर भी चलो तो एक 5936 ये भाई जी डेमो पीस रखा हुआ इन्होंने 5936 16 के टायर च ट्रैक्टर बिल्कुल देखो आ उपरों गेयर गूर बारे आप इंजन बारे आप सारी नॉलेज हूँ थोनू एक अगले ब्लॉग च पेश करा तो अज तुम ट्रैक्टर क नहीं मारो नहीं गा डेकोरेशन कलर बड़ा प्यारा है बड़ा सोहना भाई फिटिंग फुटिंग देखो तुसी ट्रैक्टर की कितनी ज्यादा जबरदस्त है तू देख ले नहीं हरे कंपनी वाले बैंपर कितनी ते मार देने बैंपर दे रहा क्या जुमस लगे हां बैंपर कितना तगड़ा बहुत हैवी बैंपर लगे हां ਬਾਈ ਲਖਵਿੰਦਰ ਜੀ ਤੇ ਬਾਈ ਗੁਰਮੀਤ ਜੀ ਚਰਨਾਥਲ ਤੋਂ ਜਿਹੜੇ ਏਜੰਸੀ ਓਨਰ ਨੇ ਜੀ ਤੇ ਆਪਾਂ ਅੱਜ ਇਹਨਾਂ ਦੇ ਸੱਦੇ ਤੇ ਆਪਾਂ ਉਰੇ ਪਹੁੰਚੇ ਆਂ
ਪਹਿਲਾਂ ਤੁਹਾਨੂੰ ਪਤਾ ਵੀ ਆਪਾਂ ਪਹਿਲਾਂ ਤੋਂ ਜੁੜੇ ਹੋਏ ਆ, ਜਿਵੇਂ ਪਹਿਲਾਂ ਏਜੰਸੀ ਸੀ ਇਹਨਾਂ ਕੋਲ, ਆਪਾਂ ਜਦ ਵੀ ਇਹਨਾਂ ਦੇ ਨਾਲ ਜੁੜੇ ਹੋਏ ਸੀ ਤੇ ਹੁਣ ਬਾਈ ਜੀ ਉਹਨਾਂ ਨੇ ਕਰਤਾਰ ਦੀ ਜਿਹੜੀ ਉਹ ਏਜੰਸੀ ਸ਼ੁਰੂ ਕਰੀ ਹੈ ਤੇ ਅੱਜ ਬੜਾ ਵਧੀਆ ਰਿਸਪੌਂਸ ਮਿਲਿਆ ਹੈ ਨਾ ਜੀ। ਤੇ ਬਾਕੀ ਪਹਿਲਾਂ ਮੇਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਜਿਹੜੇ ਆਪਾਂ ਨਵਾਂ ਪ੍ਰੋਡਕਟ ਆਪਣਾ ਸਟਾਰਟ ਕੀਤਾ ਜੀ ਤੇ ਤੁਸੀਂ ਹੁਣ ਸਾਰਿਆਂ ਨੇ ਦੱਬ ਕੇ ਸਪੋਰਟ ਕਰਨਾ, ਦੱਬ ਕੇ ਬਾਈ ਜੀ ਸ਼ੇਅਰ ਕਰਨਾ। ਟਰੈਕਟਰ ਤੁਹਾਨੂੰ ਮਾੜਾ ਨਹੀਂ ਦਿਖਾਉਂਗੇ, ਅਸੀਂ ਰਿਵਿਊ ਵੀ ਕਰਾਂਗੇ ਟਰੈਕਟਰ ਦਾ ਇਕੱਲੇ ਇਕੱਲੇ ਦਾ ਕੀ ਉਹਦੇ 'ਚ ਫਰਕ ਹੈ ਅਦਰ ਟਰੈਕਟਰ ਦੇ ਕੰਪੈਰੀਜ਼ਨ ਹੈ ਨਾ ਜੀ। ਤੇ ਇੰਜਣ ਉਂਜਣ ਪੱਖੋਂ ਆਪਾਂ ਪੂਰੀ ਗਰੰਟੀ ਵਾਲਾ ਹੀ ਆ, ਧੂੜੇ ਤੱਕ ਦੀ ਸਾਰੀ ਸਪੈਸੀਫਿਕੇਸ਼ਨ ਆਪਾਂ ਗਰੰਟੀ ਹੋਊਗੀ, ਪੂਰੀ ਫੁੱਲ ਗਰੰਟੀ ਹੋਊਗੀ। ਹਾਂ ਤੇ ਬਾਕੀ ਬਾਈ ਜੀ ਤੁਹਾਨੂੰ ਨੰਬਰ ਆ ਮੈਂ ਜਿਹੜੇ ਬਾਈ ਜੀ ਉਹਨਾਂ ਦੇ ਤੁਹਾਨੂੰ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਤੇ ਤੁਸੀਂ ਜ਼ਰੂਰ ਕੰਟੈਕਟ ਕਰਨੇ ਆ ਜ਼ਰੂਰ। ਕੋਈ ਵੀ ਟਰੈਕਟਰ ਤੋਂ ਰੱਖੋ, ਕੋਈ ਵੀ ਜਾਣਕਾਰੀ ਲੈਣੀ ਤੁਸੀਂ ਤਾਂ ਵੀ ਫੋਨ ਕਰਕੇ ਪੁੱਛ ਸਕਦੇ ਆ। ਤੇ ਬਾਕੀ ਅੰਦਰ ਹੁਣ ਕਰਤਾਰ ਵਾਲੇ ਵੀ ਪਹੁੰਚੇ ਹੋਏ ਨੇ, ਪਹੁੰਚੇ ਹੋਏ ਨੇ, ਤੁਹਾਨੂੰ ਬੁਲਾਉਂਦੇ ਆ ਆਪਣੀ ਟੀਮ ਨਾਲ। ਤੇ ਬਾਕੀ ਬਾਈ ਜੀ ਹੁਣ ਅੰਦਰ ਆ ਜਿਹੜੀ ਐਗਜ਼ੀਬਿਸ਼ਨ ਲੱਗੀ ਹੋਈ ਆ ਟਰੈਕਟਰ ਤੁਹਾਨੂੰ ਦਿਖਾਉਂਦੇ ਆ ਤੇ ਕਰਤਾਰ ਦੇ ਟਰੈਕਟਰ ਸਾਹਿਬ ਵੀ ਆਏ ਹੋਏ ਨੇ ਜੀ, ਕਰਤਾਰ ਦੇ ਬਾਕੀ ਅਦਰ ਜਿੰਨੇ ਵੀ ਮੈਂਬਰਸ ਨੇ ਉਹ ਸਾਰੇ ਪਹੁੰਚੇ ਹੋਏ ਆ। ਤੇ ਹੁਣ ਆਪਾਂ ਚੱਲਦੇ ਹਾਂ, ਤੁਹਾਨੂੰ ਨਾਲੇ ਅੰਦਰ ਪ੍ਰੋਗਰਾਮ ਦਿਖਾਉਂਦੇ ਆ ਸਾਰਾ, ਟਰੈਕਟਰ ਖੜੇ ਨੇ ਡਿਸਪਲੇ ਕਰੇ ਹੋਏ, ਤੁਹਾਨੂੰ ਉਹਨਾਂ ਬਾਰੇ ਆਪਾਂ ਦੱਸਦੇ ਹਾਂ ਸਾਰਾ। ਤੇ ਆ ਜਾਓ ਚੱਲਦੇ ਹਾਂ। ਕੰਪਨੀ ਦੇ ਵਿੱਚ ਸੇਲਸ ਐਂਡ ਮਾਰਕੀਟਿੰਗ ਦਾ ਕੰਮ ਦੇਖਦਾ ਪੂਰੇ ਪੰਜਾਬ ਲਈ। ਅੱਜ ਸਭ ਤੋਂ ਪਹਿਲਾਂ ਜੀ ਜਿੰਨਾ ਵੀ ਤੁਸੀਂ ਸੱਜਣ ਮਿੱਤਰ ਬੈਠੇ ਹੋ, ਤੁਹਾਡਾ ਤੁਸੀਂ ਟਾਈਮ ਕੱਢ ਕੇ ਆਇਓ ਸਾਡੇ ਲਈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਉਸ ਤੋਂ ਬਾਅਦ ਲਖਵਿੰਦਰ ਜੀ ਅਤੇ ਗੁਰਮੀਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਉਹ ਕਰਤਾਰ ਟਰੈਕਟਰ ਕੰਪਨੀ ਨਾਲ ਜੁੜੇ ਨੇ ਜੀ। ਔਰ ਸਾਡੇ ਐੱਮ ਡੀ ਸਰਦਾਰ ਹਰਵਿੰਦਰ ਸਿੰਘ ਜੀ, ਸ਼ਿਵਤ ਬੋਰਾ ਜੀ ਵਾਈਸ ਪ੍ਰੈਜੀਡੈਂਟ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ, ਉਹ ਵੀ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਸਾਡੇ ਲਈ। ਅੱਜ ਅਸੀਂ ਕੁਛ ਗੱਲਾਂ ਤੁਹਾਨੂੰ ਦੱਸਾਂਗੇ ਸਾਡੀ ਕੰਪਨੀ ਬਾਰੇ। ਸਾਡੀ ਕੰਪਨੀ 1975 ਦੇ ਵਿੱਚ ਸਟਾਰਟ ਹੋ ਗਈ ਸੀਗੀ। 1975 ਦੇ ਵਿੱਚ ਅਸੀਂ ਪਹਿਲੀ ਕੰਬਾਈਨ ਬਣਾਈ ਸੀਗੀ, ਕੰਬਾਈਨ ਦੇ ਨਾਲ ਨਾਲ ਅਸੀਂ ਇੰਪਲੀਮੈਂਟ ਵੀ ਬਣਾਏ ਸੀਗੇ, ਜਿੱਦਾਂ ਰੋਟਾਵੀਟਰ ਬਣਾ ਰਹੇ ਹਾਂ, ਸੁਪਰ ਸੀਡਰ ਵੀ ਬਣਾ ਰਹੇ ਹਾਂ, ਕੁਛ ਹੋਰ ਇੰਪਲੀਮੈਂਟ ਵੀ ਬਣਾਏ ਸੀਗੇ ਅਸੀਂ, ਉਹ ਵੀ ਕੁਛ ਅਸੀਂ ਬਣਾ ਰਹੇ ਹਾਂ, ਕੁਛ ਜਗ੍ਹਾ ਦੇ ਰਹੇ ਹਾਂ, ਕੁਛ ਜਗ੍ਹਾ ਨਹੀਂ ਦੇ ਰਹੇ। 2016 ਦੇ ਵਿੱਚ ਅਸੀਂ ਟਰੈਕਟਰ ਸ਼ੁਰੂ ਕਰਤਾ ਸੀਗਾ। ਇੱਕ ਸਾਲ ਅਸੀਂ ਟਰੈਕਟਰ ਦੀ ਟੈਸਟਿੰਗ ਕਰਦੇ ਰਹੇ, ਜਦੋਂ ਤੱਕ ਟਰੈਕਟਰ ਦੀ ਸਾਡੀ ਟੈਸਟਿੰਗ ਬਿਲਕੁਲ ਓਕੇ ਨਹੀਂ ਹੋਈ, ਅਸੀਂ ਟਰੈਕਟਰ ਮਾਰਕੀਟ ਵਿੱਚ ਨਹੀਂ ਉਤਾਰਿਆ, ਕਿਉਂਕਿ ਅਸੀਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ, ਹਰ ਚੀਜ਼ ਅਸੀਂ ਕੁਆਲਿਟੀ ਦੀ ਲਾਈ ਹੋਈ ਆ ਔਰ ਅੱਗੇ ਵੀ ਹਮੇਸ਼ਾ ਲਾਉਂਦੇ ਰਹਾਂਗੇ। ਪਹਿਲਾਂ ਸਾਡੇ ਕੋਲ 40 HP, 45 HP ਔਰ 50 HP ਤੱਕ ਟਰੈਕਟਰ ਸੀਗੇ। ਅਸੀਂ ਹੁਣ ਕੁਛ ਦਿਨ ਦੇ ਵਿੱਚ ਅਸੀਂ 60 HP ਦਾ ਟਰੈਕਟਰ ਵੀ ਦੇ ਰਹੇ ਹਾਂ, ਜਿਹੜਾ ਸਾਡਾ 4460 CC ਦੇ ਵਿੱਚ ਹੋਏਗਾ। ਬਾਕੀ ਟਰੈਕਟਰ ਸਾਡੇ ਜਿਹੜੇ ਸਾਰੇ ਮਾਡਲ ਹੈਗੇ ਤੁਹਾਡੇ ਕੋਲ ਡਿਸਪਲੇ ਹੋਏ ਹੋਏ ਨੇ, ਤੁਸੀਂ ਕੋਈ ਵੀ ਸਵਾਲ, ਕੋਈ ਵੀ ਕੁਐਸਚਨ ਪੁੱਛਣਾ ਹੋਵੇ ਤੁਸੀਂ ਸਾਨੂੰ ਪੁੱਛ ਸਕਦੇ ਹੋ। ਕਿਸੇ ਨੇ ਕੋਈ ਡੈਮੋਸਟ੍ਰੇਸ਼ਨ ਲੈਣੀ ਹੋਵੇ ਤਾਂ ਆਪਣਾ ਫੋਨ ਨੰਬਰ ਇਨਕੁਆਇਰੀ ਸਾਡੇ ਕੋਲ ਰਜਿਸਟਰਡ ਕਰਵਾ ਕੇ ਜਾਣਾ। ਕਿਸੇ ਨੇ ਵੀ, ਕਿਸੇ ਯਾਰ ਦੋਸਤ ਨੇ, ਸੱਜਣ ਮਿੱਤਰ ਨੇ, ਆਂਢੀ ਗੁਆਂਢੀ ਨੇ ਕਿਸੇ ਨੇ ਡੈਮੋ ਦੇਖਣੀ ਹੋਵੇ ਤਾਂ ਸਾਨੂੰ ਉਹਨਾਂ ਦਾ ਐਡਰੈਸ ਜਾਂ ਟੈਲੀਫੋਨ ਨੰਬਰ ਜ਼ਰੂਰ ਦੇਣਾ। ਬਾਕੀ ਸਾਡੇ ਹਰਮਨ ਜੀ, ਮੇਰਾ ਨਾਮ ਹਰਮਨ ਜੀ, ਆਪਾਂ ਹੁਣ ਜਿੱਦਾਂ ਸਿਕੰਦਰ ਜੀ ਨੇ ਤੁਹਾਨੂੰ ਦੱਸਿਆ ਗਾ, ਡੋਮੈਸਟਿਕ ਦੇ ਵਿੱਚ ਅਸੀਂ 40 Horsepower ਤੋਂ ਲੈ ਕੇ 60 Horsepower ਕੈਟਾਗਰੀ ਤੱਕ ਦੇ ਪ੍ਰੋਡਕਟ ਲਾਂਚ ਕਰਦੇ ਹਾਂ। ਜਿੱਦਾਂ ਆਪਾਂ ਗੱਲ ਕਰ ਲਈਏ ਇੱਥੇ ਆਪਣਾ ਇੱਕ 69 ਜੋ 60 Horsepower ਕੈਟਾਗਰੀ ਦੇ ਵਿੱਚ ਆਉਂਦਾ, ਇਹਦੇ ਵਿੱਚ ਤੁਹਾਨੂੰ ਓਰੀਜਨਲ ਕਰਾਰੋ ਟਰਾਂਸਮਿਸ਼ਨ ਦੇ ਨਾਲ ਕਿਰਲੋਸਕਰ ਇੰਜਨ ਮਿਲ ਜਾਂਦਾ ਗਾ। ਕਿਰਲੋਸਕਰ 4 ਸਿਲੰਡਰ ਇੰਜਨ 69 ਦੇ ਵਿੱਚ ਆ ਜਾਂਦਾ। 4460 CC ਦੇ ਨਾਲ ਇਹ 2200 ਰੇਟਡ RPM ਵਾਲਾ ਇੰਜਨ ਆ ਜਾਂਦਾ, ਜੋ 2200 Horsepower ਰੇਟਡ ਦੇ 2200 RPM ਦੇ ਉੱਪਰ ਆਪਣੀ ਪੂਰੀ 60 Horsepower ਜਨਰੇਟ ਕਰਦਾ। ਔਰ ਇਹਦੇ ਵਿੱਚ ਤੁਹਾਨੂੰ 232 Nm ਦਾ ਟੋਰਕ ਮਿਲ ਜਾਂਦਾ, ਨਾਲ 45% ਬੈਕਅਪ ਟੋਰਕ ਮਿਲ ਜਾਂਦਾ। ਇਹ ਟਰੈਕਟਰ 4-wheel ਅਤੇ 2-wheel ਦੋਨੋਂ ਹੀ ਮਾਡਲ ਦੇ ਵਿੱਚ ਅਵੇਲੇਬਲ ਆਪਣੇ ਕੋਲ। ਰੇਡੀਏਟਰ ਦੀ ਗੱਲ ਕਰੀਏ, ਆਪਣੇ ਸਾਰੇ ਟਰੈਕਟਰ ਦੇ ਵਿੱਚ 40 ਤੋਂ ਲੈ ਕੇ 60 Horsepower ਤੱਕ ਆਪਾਂ ਕੋਪਰ ਦਾ ਰੇਡੀਏਟਰ ਯੂਜ ਕਰ ਰਹੇ ਹਾਂ। ਏਅਰ ਕਲੀਨਰ, ਡਰਾਈ ਏਅਰ ਕਲੀਨਰ ਹੈ। ਜਿੰਨੇ ਵੀ ਮਾਡਲ ਆਪਣੇ ਪਾਵਰ ਸਟੀਅਰਿੰਗ ਦੇ ਵਿੱਚ ਆ ਜਾਂਦੇ ਆ, ਸਾਰਿਆਂ ਲਈ ਪਾਵਰ ਸਟੀਅਰਿੰਗ ਦਾ ਓਇਲ ਹੈ, ਉਹ ਸੈਪਰੇਟ ਆ ਜਾਂਦਾ ਗਾ। ਉਹ ਤੋਂ ਬਾਅਦ ਆਪਾਂ ਗੱਲ ਕਰੀਏ 5136 ਦੀ, 5136 ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਮਾਡਲ ਆ ਜਾਂਦੇ ਆ, ਇੱਕ 8+2 ਔਰ ਇੱਕ ਆਪਣਾ ਜੋ ਸੁਪਰ ਸੀਡਰ ਸਪੈਸ਼ਲ ਆ 3 ਨੰਬਰ 'ਤੇ ਖੜ੍ਹਾ, ਇਹ 16+4 ਗੇਅਰ ਦੇ ਨਾਲ ਆ ਜਾਂਦਾ। ਇਹਦੇ ਵਿੱਚ ਆਪਾਂ ABCD ਗੇਅਰ ਯੂਜ ਕੀਤਾ ਗਾ ਔਰ ਇਹਦੀ ਜੋ ਪਹਿਲੇ ਗੇਅਰ ਦੀ ਸਪੀਡ ਹੈਗੀ ਉਹ 0.25 km ਦੀ 2200 ਚੱਕਰਾਂ ਦੇ ਉੱਪਰ ਆ ਜਾਂਦੀ ਹੈਗੀ। ਜਿੱਦਾਂ ਆਪਾਂ ਸੁਪਰ ਸੀਡਰ ਦੀ ਗੱਲ ਕਰ ਲਈਏ, ਮੇਨ ਇੰਪਲੀਮੈਂਟ ਹੁਣ ਸੁਪਰ ਸੀਡਰ ਹੀ ਅੱਜ ਦੇ ਟਾਈਮ ਦੇ ਵਿੱਚ, ਤਾਂ ਸੁਪਰ ਸੀਡਰ ਦੇ ਉੱਪਰ ਆਪਾਂ ਨੂੰ 1.5 ਤੋਂ 1.75 km ਸਪੀਡ ਵਾਲਾ ਟਰੈਕਟਰ ਚਾਹੀਦਾ ਹੁੰਦਾ। ਔਰ ਆਪਣੀ ਦੀ ਪਹਿਲੇ ਗੇਅਰ ਦੀ 0.25 km ਦੀ ਸਪੀਡ ਆ, ਯਾਨੀ ਕਿ ਤੁਹਾਨੂੰ ਉਹ ਤੋਂ ਵੀ ਨੀਚੇ ਦੀਆਂ ਬਹੁਤ ਸਾਰੀਆਂ ਸਪੀਡਾਂ ਮਿਲ ਜਾਂਦੀਆਂ ਨੇ। ਨੋਰਮਲੀ ਕੀ ਹੁੰਦਾ ਕਿ ਜਿੱਥੇ ਆਪਣੇ ਕੋਲ ਕਹਿ ਲਈਏ ਆਪਾਂ ਪਰਾਲੀ ਬਹੁਤ ਜ਼ਿਆਦਾ ਹੁੰਦੀ ਹੈ, ਉੱਥੇ ਆਪਣੇ ਕੋਲ ਛੋਟਾ ਗੇਅਰ ਹੀ ਨਹੀਂ ਹੁੰਦਾ ਚਲਾਉਣ, ਪਰ ਇਹਦੇ ਵਿੱਚ ਤੁਹਾਨੂੰ ਜੋ ਤੀਜੇ ਗੇਅਰ ਦੇ ਵਿੱਚ ਸੁਪਰ ਸੀਡਰ ਦੀ 1.25 km ਤੋਂ 1.5 km ਦੀ ਸਪੀਡ ਮਿਲਦੀ ਹੈ, ਉਹਦੇ ਨੀਚੇ ਤੁਹਾਨੂੰ ਏ ਦਾ ਪਹਿਲਾ ਅਤੇ ਦੂਜਾ 2 ਗੇਅਰ ਹੋਰ ਐਕਸਟਰਾ ਮਿਲ ਜਾਂਦੇ ਨੇ। ਅਗਰ ਜ਼ਿਆਦਾ ਲੋਡ ਹੈ ਤਾਂ ਤੁਸੀਂ 1 ਗੇਅਰ ਹੋਰ ਛੋਟਾ ਕਰ ਸਕਦੇ ਹੋ। ਉੱਦਾਂ ਹੀ ਰੀਪਰ ਦੀ ਗੱਲ ਕਰੀਏ,
रीपर के सीजन के होंदा कि अगर आप सुबह थोड़ा जल्दी ट्रैक्टर चलाने हैं जां शाम नूं आपां लेट तक चलाने हैं जां कई बार की होंदा कि बारिश आ जाती है तो दो तीन दिन काम रुक जाता तो उस तो बाद की होंदा कि आपां नूं बार बार क्लच दबण की जरूरत पैंदी है क्योंकि पहले लोग तो थले अपने कोई गेयर ही नहीं होंदा बट इहदे विच तुहानूं रीपर के लिए भी चार तो पांच गेयर स्पीडा मिल जाती ने छोटे तो छोटे गेयर के अपना काम कर सकते हो बार बार तुम्हें क्लच दबण की लड़ नहीं क्लच आप ज़्यादा नहीं दबाँगे क्लच प्लेट की घसावट नहीं होएगी रिपेयर बचती अपनी और दूजा कि बार बार रुकना अपना डीजल भी ज़्यादा वेस्ट होंगे टाइम भी ज़्यादा वेस्ट होंगे लोड ज़्यादा रहेगा डीजल ज़्यादा रहेगा ट्रैक्टर आपड अपनी लोड के मुताबिक ही ट्रैक्टर से पा सकते हैं जिन्हें टाइम भी सेव होंगे प्लस साडा जो डीजल है वह भी सेव होगा बाकी आप गल करिए अपने सारे मॉडल की तो जो सर्विस इंटरवल है आप 500 घंटे का सर्विस इंटरवल रखा नॉर्मली की होंगे कि मार्केट के देखिए 250 to 300 घंटे सर्विस होंगी है पहली सर्विस अपनी 50 घंटे उस तो बाद सारे ही मॉडल की सर्विस है जो वो 500 घंटे से होएगी जे आप एक लमसम आइडिया लेके चलिए अगर 1500 घंटा आप ट्रैक्टर चलाने हैं एक ट्रैक्टर आप 300 घंटे सर्विस वाला ले लें दूजा आप 500 घंटे सर्विस वाला ले लीए तो 300 घंटे सर्विस वाले ट्रैक्टर दपनिया 5 सर्विस हो जाएंगे 1500 घंटे के बट अगर अपना ट्रैक्टर 500 घंटे सर्विस वाला चला रहे हैं तो सिर्फ अपनी 3 ही सर्विस होनगियाँ तो सीधा सीधा साडा 1500 घंटे चलाते 2 सर्विस का पैसा बच जाता और जिदा हम सीजन लंबा चला जाता तो सूँ एक दिन रोक के शहर जाके सर्विस करवानी पैंती है एक बार अपने ट्रैक्टर रोकना पैंता गा सर्विस करवा के उस तो बाद अपना अद्धी पौनी दिहाड़ी खराब हो जाती है वो समा नहीं बर्बाद होता पूरा सीजन 500 घंटे के लगातार चला सकते इंजे अपने को 45 हाउस पावर के 45-46 ट्रैक्टर आ जाता वो 8+2 अपनी 47 ट्रांसमिशन के ही आ जाता जिन्होंने 14-28 के रियर टायर और 6-16 के फ्रंट टायर मिल जाते हैं वो तुम्हें फ्रंट एक्सल है जो एडजस्टेबल तो नॉन एडजस्टेबल दोनों ही अवेलेबल है और उस तो नीचे एक 40-46 हाउस पावर का ट्रैक्टर है छोटे ट्रैक्टर 13-6-28 के टायर के नाल वह भी तुम्हें मिल जाता है बाकी अपने को 52-36 8+2 16+4 और 36 टू व्हील से 4 व्हील खड़े ने तुम इतने देख सकते हो बाकी जितने घूम के तुम्हारी जानकारी इतने ले सकते हो प्रॉपरली डिलीवरी होने लगी है ट्रैक्टर डिलीवरी हम 51-36 की आने लगी है जी देखे मेरा लो जी भाई तो फाइनली अज 3 ट्रैक्टर की डिलीवरी जी हो गई करतार दियाँ एक तो 59-36 की है दो छोटे 50 पावर वाले 50 पावर वाले 50 पावर वाला ट्रैक्टर देते दो
ਤੇ ਬਾਕੀ ਬਾਈ ਜੀ ਹੁਣ ਬਲੌਗ ਆਪਾਂ ਦੂਜਾ ਇੱਕ ਹੋਰ ਬਣਾਵਾਂਗੇ ਕਿਉਂਕਿ ਇਹ ਆਪਣਾ ਥੋੜ੍ਹਾ ਲੈਂਥੀ ਹੋ ਜਾਣਾ ਤਾਂ ਕੰਮ ਉਹਦੇ 'ਚ ਹੁਣ ਆਪਾਂ ਰਿਵਿਊ ਪਾਉਂਗੇ ਨੈਕਸਟ ਬਲੌਗ ਦੇ ਵਿੱਚ ਅਤੇ ਬਾਕੀ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਅਤੇ ਆਪਾਂ ਦੋ ਮਾਡਲਾਂ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਉਂਗੇ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿਹੜੇ ਮਾਡਲਾਂ ਦੀ ਆਪਾਂ ਜਿਹੜੀ ਹੈ ਰਿਵਿਊ ਪਾਉਣੇ ਆ ਅਤੇ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਨਾਲ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।